ਆਉ ਬਸ਼ੀਰ ਤੁਸੀਂ ਕੁਝ ਸਮਝਾਓ ਨਾ ਕੁਝ ਮੈਂ ਹੁਣ ਆਂਦੀ ਪਈਆਂ ਤੁਹਾਡੇ ਮੂੰਹ ਕੋ ਆਂਦੀ ਪਈਆਂ ਮੈਂ ਆਮਣਾ ਕੋਈ ਨਾ ਆਈ ਇਹ ਸਾਰਾ ਦਿਨ ਆਪਣੇ ਲਾਟ ਦੋਸਤਾਂ ਨਾਲ ਵਦਰ ਆਂਦੇ ਬੈਰ ਤੇ ਹੁਣ ਮੈਂ ਦੱਸੋ ਕੀ ਕਰਾਂ ਰੋਜ਼ ਰੋਜ਼ ਤੇ ਮੈਂ ਵੀ ਨਹੀਂ ਬਰਦਾਸ਼ਤ ਕਰ ਸਕਦੀ ਸ਼ਰਾਬ ਇਹ ਪੀਂਦੇ ਜੂਆ ਇਹ ਖੇਡਦੇ ਬਸ ਮੇਰੇ ਤਾਂ ਸਾਰੇ ਭਾਂਡੇ ਤੱਕ ਇਹਨੇ ਵੇਚ ਛੋੜੇ ਨਹੀਂ ਮੈਂ ਹਾਂ ਇਹਨੂੰ ਸਮਝਾਈਂਦਾ ਇਸ ਵਾਰੀ ਇਨਸਾਨ ਬਣ ਜਾਸੀ ਘਰ ਨੂੰ ਘਰ ਬਣਾਵੇ ਨਿਤ ਨਿਤ ਮੈਂ ਤੇਰੇ ਪੇਕੇ ਅਨੁਭਵੇ ਤੇ ਕਿਵੇਂ ਜਾਵਾਂ ਬੱਗੀ ਦਾੜੀ ਨਾਲ ਹੁਣ ਇਹਨੂੰ ਆਖਰੀ ਚਾਂਸ ਲੈ ਕੇ ਦਿੰਦੇ ਪਏ ਆ ਘਰ ਨੂੰ ਘਰ ਬਣਾਵੋ ਆਪਣੇ ਘਰ ਨੂੰ ਘਰ ਬਣਾਵੋ ਇਨਸਾਨ ਬਣ ਕੇ ਘਰ ਬਣਾਵੇ ਉਹਨੂੰ ਮੈਂ ਸਮਝਾਇਆ ਮੁੜ ਸਮਝਾਈਨਾ ਉਹਨੂੰ ਆਖਰੀ ਵਾਰ ਨਹੀਂ ਤਾਂ ਮੈਂ ਮੁੜ ਇਹਦੇ ਨਾਲ ਨਹੀਂ ਜਾਂਦਾ ਗੱਲ ਸੁਣ ਬਾਓ ਵੇਲੇ ਮੇਰੇ ਤੇ ਮੁਫ਼ਤ ਇਲਜ਼ਾਮ ਲੈਂਦੀ ਹੈ ਕੂੜ ਮਰਦੀ ਹੈ ਮੇਰੇ ਤੇ ਸ਼ਰਾਬ ਪੀਣਾ ਤੇ ਦਿਹਾੜੀ ਛੇ ਇੱਕ ਦਫ਼ਾ ਪੀਣਾ ਕੋਈ ਮੈਂ ਸਾਰਾ ਦੇ ਪੀਤੀ ਰੱਖਣਾ ਬਾਹ ਤੇ ਤੂੰ ਇਹ ਕੰਮ ਛੱਡ ਦੇ ਕਿਉਂ ਨਹੀਂ ਛੱਡਦਾ ਪਿਆ ਇੰਨਾ ਕਿ ਤੈਨੂੰ ਲੱਭਦਾ ਕੀ ਹੈ ਤੇ ਜੂਏ ਦੇ ਪਾਰੂ ਆ ਗਏ ਤੇ ਮੈਂ ਇੱਕ ਘੰਟਾ ਜੂਏ ਤੇ ਜੇਨਾ ਸਾਰਾ ਦੇ ਤਾਂ ਇਸੇ ਕੋਲ ਬੈਠਾ ਤੇ ਇੱਕ ਘੰਟੇ ਚ ਕਿਤਨੀਆਂ ਚੀਜ਼ਾਂ ਹਾਰ ਆਂਦੇ ਜੂਏ ਤੂੰ ਸਾਰਾ ਘਰ ਦਾ ਬਰਬਾਦ ਦੀ ਕਾਰ ਛੱਡੀ ਘਰ ਦੀ ਕਾ ਸ਼ੈ ਨਹੀਂ ਛੱਡੀ ਉਹ ਸੱਚੀ ਰੋਂਦੀ ਆਂਦੀ ਆਂਦੀ ਆ ਸੱਚੀਆਂ ਗੱਲਾਂ ਕਰਦੀ ਪਈ ਨਹੀਂ ਮੈਂ ਘਰ ਦੀ ਕਾ ਸ਼ੈ ਵੇਚੀ ਏ ਉਹ ਆਂਦੀ ਨਹੀਂ ਆਂਦੀ ਤੇਰੇ ਮੂੰਹ ਤੇ ਇੱਕ ਚੰਗੇਰ ਮੁੰਗਰੀ ਤੇ ਗਿਲਾਸ ਤੇ ਘਰ ਪੈ ਨਹੀਂ ਏ ਇਹ ਨਤਰੇ ਬਾਂਡਿਆਂ ਚ ਕੋਈ ਭਰਾਣਾ ਆਵੇ ਤਾਂ ਕਿਸੇ ਚ ਖਵਾਈਸੇ ਉਹ ਨਤਰੇ ਬਾਂਡਿਆਂ ਸਾਰਾ ਟੱਬਰ ਖਸਾ ਸਾਰਾ ਟੱਬਰ ਖਮਸਾ ਹੈ ਆਪ ਸਮਝਾ ਲਓ ਮੈਂ ਸਮਝੇ ਹੋਇਆ इंसान बन सी रोटी सालन रन्ना पकाईंदियां बांडे रन्ना धोंदियां ने मर्दां दा काम है चल ते मैं गई आ मैं ते तू घर दा ख्याल कोई ना ही रखना अच्छा मैनूं ए दस मैं मरोदा या तेरा नौकर आ पिया कुत्ता भी पुछल मार के अपनी जगह साफ कर लेंदा तू घर रहे है तू घर कर नहीं दे सकया सफाई नहीं घर दी कर सकया तेरा हक बनता घर तो तेरा पराया तो ना ही ਨਾ ਇਹ ਸਮਝੇ ਤਾਂ ਨਾ ਨਹੀਂ ਤੇ ਭਾਉ ਮੈਨੂੰ ਇਹ ਦਾ ਮਰਦਾ ਮਰਦਾ ਹੀ ਕਦੀ ਬੋਕਰਾ ਦਿੱਤੀਆਂ ਮੇਰਾ ਵਿਰਾ ਮਰਦ ਨਹੀਂ ਦਿੰਦੇ ਹੁਣ ਸਵਾਣੀ ਦੀ ਤੇਰੀ ਰੁੱਠੀ ਹੋਈ ਹੈ ਤੇਰਾ ਹੱਕ ਤਾਂ ਆਈ ਹੁਣ ਇਹ ਹਾਲਾਤ ਤਾਂ ਵੇ ਘਰ ਦਾ ਕੀ ਹੋਇਆ ਪਿਆ ਇੱਥੇ ਹੁਣ ਕੋ ਬਹਿ ਸਕਦਾ ਹੁਣ ਕੋ ਚਾਰ ਭਰਾਣੇ ਆ ਜਾਵੇਂ ਉਹਨਾਂ ਦਾ ਉਹ ਵੇਖ ਕੇ ਤੈਨੂੰ ਕੀ ਅਕਸਰ ਸ਼ਰਮ ਆਪਾਂ ਨੂੰ ਆਵਣਾ ਨਾ ਮੈਨੂੰ ਇਹ ਦੱਸ ਇਹ ਘਰ ਹੋਵੇ ਤਾਂ ਮੈਂ ਘਰ ਆਵਾਂ ਜਦੋਂ ਘਰ ਹੀ ਨਹੀਂ ਰਹੀ ਤੇ ਮੁੜ ਮੈਂ ਘਰ ਨੂੰ ਕੀ ਕਰਨਾ ਇਹਨੂੰ ਤਾਂ ਬਹਾਨਾ ਮੈਂ ਤੂੰ ਹੀ ਨਿਕਲੇ ਹੋਇਆ ਜਦੋਂ ਦੀ ਇਹ ਘਰ ਕੋਈ ਨਹੀਂ ਤੂੰ ਵੀ ਘਰ ਕੋਈ ਨਹੀਂ ਬੜਿਆ ਅੱਛਾ ਛੋਰੇ ਤੂੰ ਬਾਓ ਘਰ ਮੈਂ ਇਹਨੂੰ ਸਮਾਨ ਲਾ ਕੇ ਦੇਣਾ ਖਾਵਣ ਪਕਾਵਣ ਦਾ ਤੂੰ ਘਰ ਦੀ ਸਫਾਈ ਕਰ ਲਾ ਚਲ ਸਹੀ ਹੈ ਇਹ ਕੀ ਹਾਲ ਹੋਇਆ ਪੀ ਇਹ ਘਰ ਦਾ ਸਮਝ ਨਹੀਂ ਆਦੀ ਕਿੱਥੋਂ ਸਫਾਈ ਸ਼ੁਰੂ ਕਰਾਂ ਮੈਂ ਪੂਰੇ ਵੇੜੇ ਚ
ਸਲਾਮ ਅਲੈਕੁਮ ਵਾਲੇਕੁਮ ਸਲਾਮ ਓ ਨੋ ਇੱਧੇ ਆ ਜਾ ਓ ਛੋੜੋ ਬੜੇ ਦੇ ਆ ਬਾਦ ਅੱਜ ਨਜ਼ਰ ਆਏ ਹੋ ਖੈਰ ਆਈ ਹਾਂ ਅੰਮੀ ਦੇ ਘਰ ਗਈ ਹੋਈ ਆਈ ਨਾ ਨਰਾਜ਼ ਹੋ ਕੇ ਨਰਾਜ਼ ਹੋ ਕੇ ਅਸੀਂ ਜਿਹੜਾ ਨਾ ਸਿੱਖਦੇ ਹੀ ਵਰਤੇ ਹਾਂ ਪਤਾ ਨਹੀਂ ਕਦੋਂ ਸੱਜਣਾ ਦਾ ਦੀਦਾਰ ਉਸਦੀ ਬਾਹਰ ਚੱਲੇ ਇਹ ਤਾਂ ਮੈਂ ਉਸ ਤੁਹਾਨੂੰ ਵੇਖਿਆ ਆਉਂਦੇ ਹਾਂ ਅੱਛਾ ਬਈ ਅੱਜ ਜਿਹੜਾ ਨਾ ਸੱਜਣ ਆ ਗਏ ਨੇ ਵਾਪਸ ਵਤਨਾਂ ਦੇ ਅੱਛਾ ਤੇ ਮੈਂ ਇੰਨੇ ਆਇਆ ਤੇ ਅੱਗੂ ਮੁੜ ਤੇਰਾ ਦੇਰ ਨਾਲ ਵਧਾਈ ਹਾਂ ਉਹ ਭਾਈ ਦੀ ਆ ਹਾਂ ਤੇ ਅੱਗੂ ਮੁੜ ਤੇਰਾ ਮੁੱਜੂ ਦੀ ਘਰ ਵਾਲਾ ਹਾਂ ਉਹਦੀ ਤਬੀਅਤ ਇੰਨੇ ਜਿਵੇਂ ਭਾਂਡ ਧੋਣ ਵਾਲੀ ਸੁਭੀ ਹੁੰਦੀ ਹੈ ਮੈਸੇਜ ਕਰ ਦਿੰਦਾ ਫੋਨ ਕਰ ਦਿੰਦਾ ਕਿਸੇ ਦੇ ਮੋਬਾਈਲ ਤੋਂ ਚੱਕ ਰਹਿੰਦਾ ਜੇ ਉਹ ਵਾਲ ਮੈਂ ਕੋਈ ਨਹੀਂ ਕੀਤਾ ਕਿਉਂ ਕੋਈ ਨਹੀਂ ਕੀਤਾ ਉਹ ਤਾਂ ਮਤਲਬ ਇਹ ਕਿ ਮੈਂ ਤੁਹਾਨੂੰ ਯਾਦ ਕੋਈ ਨਹੀਂ ਆਉਂਦੀ ਉਹ ਨਾ ਆਈ ਤਾਂ ਹਾਈ ਤੇ ਕਿੰਨੇ ਨੰਬਰ ਤੂੰ ਕਰਾ ਕਿਸੇ ਦੇ ਸੰਗਤ ਸਹੇਲੀਆਂ ਥੋੜੀਆਂ ਨਹੀਂ ਕਿਸੇ ਸਹੇਲੀ ਦੇ ਨੰਬਰ ਤੂੰ ਨਾ ਮੈਂ ਮਤਲਬ ਕਿਸੇ ਕੋਲ ਕੋਈ ਨਹੀਂ ਲਿਆ ਤੇ ਮੋਬਾਈਲ ਤੇ ਇਹਨਾਂ ਨੇ ਕਿਹੜਾ ਲੈ ਕੇ ਦਿੱਤੇ ਹੋਏ ਮੈਨੂੰ ਘਰ ਦੇ ਭਾਂਡੇ ਤੱਕ ਤਾਂ ਵੇਚ ਛੋੜੇ ਨਹੀਂ ਨੇ ਬਸ ਮੈਂ ਇਹ ਕਿ ਮੋਬਾਈਲ ਹੁਣ ਤੈਨੂੰ ਮੈਂ ਲੈ ਦੇਸਾਂ ਉਹ ਨਾ ਵੇਚੀ ਅੱਗੇ ਇੱਕ ਟੁੱਟਾ ਬੰਨ ਲੈ ਦਿੱਤਾ ਤੇ ਉਹ ਵੇਚ ਛੋੜੇ ਤੇਰੇ ਉਹ ਹਾਂ ਉਹਦੇ ਹੱਥੇ ਚੜ ਗਈ ਆ ਹੁਣ ਮੋਬਾਈਲ ਲੈ ਦੇਣਾ ਤੇ ਉਹਨੂੰ ਜਿਹੜਾ ਨਾ ਸਾਂਭ ਕੇ ਰੱਖੀ ਉਹ ਤੇ ਤੂੰ ਚੋਰੀ ਰੱਖੀ ਆ ਬੁੱਝੂ ਜਾਏ ਤੂੰ ਚਲੋ ਮੈਂ ਸਹੀ ਜੀ ਆ ਹੈ ਹੋਰ ਸੁਣ ਹੋ ਠੀਕ ਮੇਰਾ ਦਿਮਾਗ ਨਾ ਦਿਮਾਗ ਨਹੀਂ ਹੁੰਦੀ ਸੀ ਮੇਰੀ ਅੱਖੀ ਦੇ ਅੱਗੂ ਨਹੀਂ ਰੋਂਦਾ ਹਾਂ ਹੋਰ ਮੈਂ ਤੈਨੂੰ ਕੀ ਪਤਾ ਮੈਨੂੰ ਕਿੰਨਾ ਪਿਆਰ ਹੈ ਤੇਰੇ ਨਾਲ ਮੇਰੇ ਕੋਲ ਇਹ ਨਹੀਂ ਬਰਦਾਸ਼ਤ ਹੁੰਦਾ ਕਿ ਆਹ ਮੁੱਜੂ ਦੀ ਤੇਰਾ ਘਰ ਵਾਲਾ ਹੈ ਓ ਨੋ ਮੈਂ ਤਾਂ ਖੁਸ਼ ਹੋਇਆ ਵੀ ਜਿਵੇਂ ਰੁੱਸ ਕੇ ਗਈ ਹੈ ਨਾ ਇਹ ਇਨਸ਼ਾਅੱਲਾ ਤਲਾਕ ਹੋ ਜਾਵੇ ਤੇ ਮੋੜ ਆਪਾਂ ਜਿਹੜਾ ਨਾ ਬਾਹਰੋਂ ਬਾਹਰ ਇਹ ਨਹੀਂ ਮਗਰੂ ਲਾਉਂਦਾ ਤੇਰੀ ਨੀਅਤ ਇਹ ਤੇ ਮਗਰੂ ਲਾ ਮੈਂ ਸੀ ਤੇ ਖਾ ਕੰਮ ਹੈ ਠੀਕ ਤੀਰ ਹੈ ਮੇਰੇ ਹੱਥ ਵਿੱਚ ਅੱਛਾ ਉਹ ਤੀਰ ਕੋਲ ਤਵੀਤ ਆਪਾਂ ਲੈ ਲਈਏ ਨਾ ਤੇ ਇਹ ਮਗਰੂ ਲਾ ਵੇ ਸੀ ਤੇ ਇਹ ਤੰਗ ਹੋ ਕੇ ਆਪੇ ਤੇ ਫੈਸਲਾ ਦੇ ਸੀ ਜੇ ਇਹ ਤਾਂ ਕੰਮ ਕਰ ਐਵੇਂ ਮਗਰ ਪਿਆ ਹੋਇਆ ਨਾ ਹੀ ਤਾਂ ਸੁੱਖ ਇਸ ਘਰ ਵਿੱਚ ਕੀ ਕਰੇ ਬੰਦਾ ਸੁੱਖ ਤੈਨੂੰ ਮੈਂ ਦੇਸਾਂ ਤੂੰ ਮੇਰੇ ਨਾਲ ਸਾਥ ਦੇ ਕੇ ਤਵੀਤ ਇਹਨੂੰ ਪਿਵਾਵਣੇ ਲਾਏ ਮੈਂ ਦੇਸਾਂ ਉਹ ਇਹਨੂੰ ਪਿਵਾਵੇ ਜੇ ਇਹਦੇ ਦਿਮਾਗ ਪਟੀ ਪਏ ਸੀ ਤੇ ਇੱਥੋਂ ਤੇ ਇਹ ਤੈਨੂੰ ਆਪੇ ਤਲਾਕ 'ਚ ਦੇ ਸੀ ਚੁੱਪ ਕਰਕੇ ਜਿਹੜਾ ਨਾ ਆਪ ਬਾਹਰ ਲਗਵੇ ਸਾਂ ਤੇ ਬਾਹਰੋਂ ਬਾਹਰ ਨਿਕਾਹ ਕਰਕੇ ਕਰਾਚੀ ਜਾਂ ਲਾਹੌਰ ਜਾਂ ਪਿੰਡੀ ਕਿਦਾਂ ਹੀ ਵਗ ਪਏ ਸਾਂ ਨਹੀਂ ਤਾਂ ਪਿਸ਼ਾਵਰ ਵਗ ਪਏ ਸਾਂ ਦੂਰ ਜਿੱਥੇ ਘਰ ਪਤਾ ਹੀ ਨਾ ਸੀ ਉੱਥੋਂ ਠੋਕ ਕੇ ਨਿਕਾਹ ਕਰ ਸਾਂ ਤੇ ਖੁਸ਼ ਰਸਾਂ ਸਹੀ ਹੈ ਚੱਲ ਇਹ ਕੰਮ ਤਾਂ ਕਰ ਇਹ ਤਾਂ ਕੰਮ ਕਰਨਾ ਮੈਂ ਤੜਫਦਾ ਵਧਾ ਮਹੀਨਾ ਸਭਾ ਹੋ ਗਿਆ ਤੇਰੇ ਵੇਖਣ ਤੋਂ ਮੈਂ ਝੱਟ ਵੇਖ ਮੈਂ ਰੱਜ ਕੇ ਤੈਨੂੰ ਚਲੋ ਹੁਣੇ ਆ ਵੇ ਸੀ ਕਿਰਾਂ ਚਲ ਮੈਂ ਵਹਿਨਾ ਤੇ ਮੋਰ ਮੌਕਾ ਲੱਗ ਸੀ ਨਾ ਤੇ ਮੋਰ ਥੋੜ੍ਹੇ ਟਾਈਮ ਕੱਢਣਾ ਚੱਲ ਪੀਰ ਕੋਲ ਵੇਸਾਂ ਅਤੇ ਤਵੀਰ ਜਿਵੇਂ ਦਿਨ ਪੈਂਦੀ ਵੇ ਸੀ ਇਹਦਾ ਦਿਮਾਗ ਤੇਰੇ ਤੋਂ ਪਟੀਂਦਾ ਵੇ ਸੀ ਤੂੰ ਨਫ਼ਰਤ ਆਵੇ ਸੀ ਆਪੇ ਤੈਨੂੰ ਤਲਾਕ ਚੱਲੇ ਸੀ ਚੱਲ ਸਹੀ ਹੈ ਸਹੀ ਨੇ ਸਹੀ ਗਏ ਅਤੇ ਤੈਨੂੰ ਮੈਂ ਇਹ ਨਹੀਂ ਖੁਸ਼ ਰੱਖ ਓ ਨੋ ਤੂੰ ਯਾਦ ਰੱਖ ਸੀ ਗੱਲ ਤਾਂ ਸੁਣਾਉਣ ਨਹੀਂ ਦੇਖ ਕਰ ਉਠੀ ਸੈਂਟਰ ਅੰਦਰ ਗੱਲ ਕੰਮ ਕਰਨੀ ਚੱਲ ਉੱਠੀ